ਕਾਰ ਸਵਾਰ ਤੇ ਕੁਝ ਲੁਟੇਰਿਆਂ ਦੇ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਜੋ ਕਾਰ ਸਵਾਰ ਹੈ ਉਹ ਕਿਨੂਆ ਦੇ ਬਾਗ ਦਾ ਠੇਕੇਦਾਰ ਹੈ, ਜੋ ਕਿ ਆਪਣੇ ਬਾਗ ਦੇ ਵਿੱਚ ਗੇੜਾ ਲਗਾ ਕੇ ਰਾਤ ਨੂੰ ਘਰ ਆ ਰਿਹਾ ਸੀ ਤਾਂ ਕੋਰੇ ਦਾ ਫਾਇਦਾ ਚੱਕ ਕੇ ਇੱਕ ਲੁਟੇਰਾ ਪਹਿਲਾਂ ਤਾਂ ਗੱਡੀ ਦੇ ਅੱਗੇ ਆ ਜਾਂਦਾ ਅਤੇ ਕਾਰ ਨੂੰ ਰੋਕ ਲੈਂਦਾ ਤੇ ਜਿਵੇਂ ਹੀ ਕਾਰ ਰੁਕਦੀ ਹੈ ਤਾਂ ਸਾਈਡ ਦੇ ਵਿੱਚੋਂ ਆ ਕੇ 3 ਤੋਂ 4 ਹੋਰ ਲੁਟੇਰਿਆਂ ਨੇ ਲਾਠੀ ਡੰਡਿਆਂ ਦੇ ਨਾਲ ਉਸ ਠੇਕੇਦਾਰ ਦੇ ਉੱਤੇ ਹਮਲਾ ਕਰ ਦਿੱਤਾ। ਕਾਰ ਦੇ ਸ਼ੀਸ਼ੇ ਤੱਕ ਤੋੜੇ ਗਏ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਸਦੇ ਕੋਲੋਂ 1 ਲੱਖ ਰੁਪਏ ਦੀ ਲੁੱਟ ਕਰਕੇ ਮੌਕੇ ਤੋਂ ਫਰਾਰ ਹੋ ਗਏ। ਤਾਂ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਕਿਨੂਆ ਦੇ ਬਾਗ ਦੇ ਠੇਕੇਦਾਰ ਤੇ ਹਮਲਾ ਕੀਤਾ ਗਿਆ। ਜਦ ਉਹ ਗੇੜਾ ਲਗਾ ਕੇ ਬਾਗ ਤੋਂ ਘਰ ਵਾਪਿਸ ਆ ਰਿਹਾ ਸੀ ਆਪਣੀ ਕਾਰ ਦੇ ਵਿੱਚ ਤਾਂ ਇੱਕ ਲੁਟੇਰਾ ਕਾਰ ਦੇ ਅੱਗੇ ਆ ਕੇ ਖੜਾ ਹੋ ਜਾਂਦਾ, ਜਿਸ ਤੋਂ ਬਾਅਦ ਉਹ ਕਾਰ ਰੋਕਦਾ ਤਾਂ ਕਾਰ ਰੋਕਦੇ ਸਾਰ ਹੀ 3 ਤੋਂ 4 ਲੁਟੇਰੇ ਉਸਨੂੰ ਟੁੱਟ ਕੇ ਪੈ ਜਾਂਦੇ ਨੇ, ਜਿਸ ਤੋਂ ਬਾਅਦ ਉਸਦੇ ਕੋਲੋਂ 1 ਲੱਖ ਰੁਪਏ ਦੀ ਜੋ ਨਕਦੀ ਹੈ ਉਹ ਖੋ ਲਈ ਜਾਂਦੀ ਹੈ। ਫਿਲਹਾਲ ਜੋ ਠੇਕੇਦਾਰ ਹੈ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਪੁਲਿਸ ਨੂੰ ਵੀ ਹੁਣ ਇਸ ਮਾਮਲੇ ਸੰਬੰਧੀ ਸੂਚਨਾ ਦੇ ਦਿੱਤੀ ਗਈ ਹੈ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਮੇਰਾ ਨਾਮ ਗੋਪੀ ਰਾਮ ਹੈ। ਗੱਲ ਜੀ, ਅਸੀਂ ਦਲਮੀਰ ਖੇਡ ਤੋਂ ਆਈ ਜਾਂਦੇ ਸੀ, ਕੋਈ ਬਾਗ ਵੇਖ ਕੇ ਨਾਲ ਹੈਗਾ ਸੀ, ਮੈਂ ਕਾਰ ਲੈ ਕੇ, ਕੋਈ ਮੁੰਡਾ ਹੈਗਾ ਸੀ, ਪਤਾ ਨਹੀਂ ਉਹਦਾ ਨਾਂ ਤਾਂ ਮੈਨੂੰ ਪਤਾ ਨਹੀਂ, ਤੇ ਉੱਥੇ ਅੱਗੇ ਖੜਾ ਸੀ, ਉਹ ਕਾਰ ਦੇ ਅੱਗੇ ਖੜ ਕੇ ਧੁੰਦ ਹੈਗੀ ਸੀ ਤੇ ਉਹਨੂੰ ਪਾਸੇ ਹੋਣ ਦਾ ਕਿਹਾ, ਉਹਨੇ ਕਾਰ ਦੇ ਲੱਤਾਂ ਲੁੱਤਾਂ ਮਾਰੀਆਂ ਸੀ ਮਾਰ ਕੇ ਤੇ ਸਾਨੂੰ ਉਹਨੇ ਰੋਕ ਲਿਆ। ਮੈਂ ਰੋਕ ਕੇ ਮੈਂ ਲੱਤਾਂ ਕਾਹਦੇ ਵਾਸਤੇ ਮਾਰਦਾ। ਉਸ ਤੋਂ ਬਾਅਦ ਜੀ ਸਾਨੂੰ ਤਾਂ ਨਹੀਂ ਪਤਾ, 15-20 ਬੰਦੇ ਹੈਗੇ ਸੀ, ਕੁੱਟ ਮਾਰ ਕੇ ਸਾਡੇ ਕੋਲ ਪੈਸੇ ਹੈਗੇ ਸੀ, ਉਹ ਲੈ ਗਏ, ਕਾਰ ਤੋੜ ਗਏ ਸਾਡੀ। ਕਾਰਵਾਈ ਜੀ ਹੁਣ ਇਨਸਾਫ ਚਾਹੀਦਾ ਸਾਨੂੰ, ਤਾਂ ਵੀ ਐਵੇਂ ਤਾਂ ਹਰੇਕ ਕੋਈ ਲੁੱਟ ਮਾਰ ਕਰਕੇ ਲੈ ਜੂਗਾ, ਸਾਡਾ ਬਾਗਾਂ ਦਾ ਕੰਮ ਹੈਗਾ, ਪੇਮੈਂਟ ਸਾਡੇ ਕੋਲ ਹਰਦਮ ਰਹਿੰਦੀ ਹੈ। ਕਾਪੇ ਹੈਗੇ ਸੀ, ਰਾੜਾ ਰੂੜਾ ਹੈਗੀ ਸੀ, ਸਿੱਸੇ ਸਾਸੇ ਤੋੜ ਕੇ, ਹੁਣ ਸਾਨੂੰ ਤਾਂ ਇੰਨੀ ਗੱਲ ਦਾ ਪਤਾ ਹੀ ਨਹੀਂ ਲੱਗਿਆ ਵੀ ਕਿੰਨੀ ਕੁ ਦੇਰ 'ਚ ਕੀ ਕਰ ਗਏ ਉਹ। 5 ਮਿੰਟਾਂ ਦਾ ਖੇਲ ਹੈਗਾ ਸੀ ਉਹਨਾਂ ਦਾ। ਮੇਰਾ ਨਾਮ ਜੀ ਦੇਵਦੱਤ ਹੈ, ਬਜੀਤਪੁਰ ਰਹਿੰਦਾ ਮੈਂ, ਅਤੇ ਬਾਗਾਂ ਦੀ ਠੇਕੇਦਾਰੀ ਕਰਦੇ ਹਾਂ ਜੀ ਕਿੰਨੂ ਕਾਨੂੰ ਦੀ, ਅਤੇ ਅਸੀਂ ਪੇਮੈਂਟ ਲੈ ਕੇ ਆ ਰਹੇ ਸੀ ਦਲਮੀਰ ਖੇੜੇ ਤੋਂ, ਅਤੇ ਚੂੜੇ ਵਾਲੇ ਵੈਕਸਿੰਗ ਪਲਾਂਟ 'ਚ ਕੋਈ ਇੱਕ ਬੰਦੇ ਕੋਲੋਂ ਪੇਮੈਂਟ ਲੈਣੀ ਸੀ 22,000, ਉਹਦੇ ਕੋਲ ਜਾ ਕੇ ਅਸੀਂ ਵਾਪਸ ਮੁੜ ਰਹੇ ਸੀ, ਅਤੇ ਚੂੜੇ ਵਾਲੇ ਠੇਕੇ ਕੋਲ ਬੰਦੇ ਖੜ੍ਹੇ ਸੀ ਸੜਕ 'ਤੇ, ਅਸੀਂ ਹੋਰ ਨਹੀਂ ਵਜਾਇਆ ਕਾਰ ਦਾ, ਅਤੇ ਉਹਨੇ ਪਹਿਲਾਂ ਤਾਂ ਲੱਤ ਮਾਰੀ ਕਾਰ ਦੇ ਰੋਕਣ 'ਤੇ, ਅਤੇ ਬਾਅਦ 'ਚ ਬੰਦੇ ਬੁਲਾ ਕੇ ਸ਼ੀਸ਼ੇ ਪੰਨ 'ਤੇ ਉਹਦੇ 'ਚ ਪੇਮੈਂਟ ਪਈ ਸੀ, ਡੈਸ਼ਬੋਰਡ 'ਚੋਂ ਕੱਢ ਲੈ ਗਏ 1 ਲੱਖ ਰੁਪਇਆ ਸੀ ਜੀ। ਬੰਦੇ ਪਹਿਲਾਂ ਤਾਂ 2 ਹੀ ਸੀ, ਬਾਅਦ 'ਚ 10-15 ਆ ਗਏ। 6-8 'ਤੇ ਕੱਪ ਵੱਜੇ ਜੀ ਇੱਥੇ, ਉਹ ਰਾੜ ਵਾਰੀ ਸੀ, ਉਹਨੇ PCR ਵਾਲੇ ਆਏ ਸੀ, ਕਾਰਵਾਈ ਸਾਡੀ ਪੇਮੈਂਟ ਅਤੇ ਉਹਦਾ ਕਾਰ ਦਾ ਅਰਜ਼ਾਨਾ, ਅਤੇ ਉਹਨਾਂ ਨੂੰ ਕੋਈ ਸਜ਼ਾ ਤੋਵੇ। ਕਾਰ ਦੇ ਸਾਰੇ ਸ਼ੀਸ਼ੇ ਪੰਨ 'ਤੇ ਜੀ, ਸਾਰੇ ਟੋਟਲ। ਰਾਤ ਨੂੰ ਜੀ ਲੁੱਟ ਦਾ ਮਾਮਲਾ ਲੱਗ ਰਿਹਾ, ਦੱਸ ਰਹੇ ਆ ਵੀ ਦੇਵਦੱਤ ਨਾਂ ਦਾ ਸਾਨੂੰ ਮਣੀਰਾਮ ਨਾਮ ਦਾ ਪੇਸ਼ੈਂਟ ਆਇਆ, ਉਹਦੇ ਸਿਰ 'ਤੇ ਹੱਥ 'ਤੇ ਮੂੰਹ 'ਤੇ ਚੋਟ ਆ, ਉਹਦੇ MLR ਕੱਟ ਕੇ ਸੰਬੰਧਿਤ ਥਾਣੇ ਨੂੰ ਭੇਜੀ ਹੋਈ ਹੈ, ਇਲਾਜ ਵਾਸਤੇ ਦਾਖਲ ਹੈ ਮਰੀਜ਼।